ਮਾਨਯੋਗ SSP ਸਾਹਿਬ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਕੰਪੇਨ ਦੇ ਤਹਿਤ ਸਭ ਤੋਂ ਪਹਿਲਾਂ ਆਈਡੈਂਟੀਫਿਕੇਸ਼ਨ ਕੀਤੀ ਗਈ ਕਿ ਜਿਹੜੇ ਏਰੀਆਜ਼ ਦੇ ਵਿੱਚ ਡਰੱਗਸ ਦੀ ਸਮੱਸਿਆ ਜ਼ਿਆਦਾ ਹੈ ਜਾਂ ਜਿੱਥੇ FIR ਜ਼ਿਆਦਾ ਰਜਿਸਟਰ ਹੁੰਦੀਆਂ ਨੇ, ਉਹਨਾਂ ਏਰੀਆਜ਼ ਦੀ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ, ਜਿਸ ਦੇ ਵਿੱਚ ਮੇਨ ਬਸਤੀ ਬੀੜ ਤਲਾਬ, ਤੋਬੀਆਨਾ ਬਸਤੀ, ਖੇਤਾ ਸਿੰਘ ਬਸਤੀ ਆਦਿ ਜਿਹੜੇ ਏਰੀਏ ਨੇ, ਉਹਨਾਂ ਨੂੰ ਅਸੀਂ ਡਰੱਗ ਹੌਟਸਪੋਟ ਏਰੀਆ ਦੀ ਆਈਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਸਾਡੇ ਵੱਲੋਂ ਅਲੱਗ ਅਲੱਗ ਟੀਮਾਂ ਬਣਾ ਕੇ ਕੈਸ ਓਪਰੇਸ਼ਨ ਚਲਾਇਆ ਜਾ ਰਿਹਾ। ਉਸੇ ਲੜੀ ਦੇ ਤਹਿਤ ਬਸਤੀ ਬੀੜ ਤਲਾਬ ਦੇ ਵਿੱਚ ਅੱਜ CIA, ਸਿਟੀ ਪੁਲਿਸ ਅਤੇ ਸਦਰ ਪੁਲਿਸ ਬਠਿੰਡਾ ਵੱਲੋਂ ਸਰਚ ਅਭਿਆਨ ਜਿਹੜਾ ਹੈ ਚਲਾਇਆ ਜਾ ਰਿਹਾ। ਇਸ ਸਰਚ ਅਭਿਆਨ ਦੌਰਾਨ ਸਾਡੀ ਮੇਨ ਫੋਕਸ ਹੈ ਡਰੱਗਸ, ਇਲੀਗਲ ਇਲੀਸਿਟ ਲੀਕਰ। ਸੋ ਇਸ ਦੌਰਾਨ ਅਸੀਂ ਕੁਛ ਸਾਡੀ ਰਿਕਵਰੀਜ਼ ਵੀ ਹੋਈਆਂ ਨੇ, ਕੁਛ ਬੰਦਿਆਂ ਨੂੰ ਅਸੀਂ ਰਾਊਂਡਅਪ ਕੀਤਾ, ਕੁਛ ਵਹੀਕਲ ਵੀ ਅਸੀਂ ਕਬਜ਼ੇ 'ਚ ਲਏ ਨੇ। ਸੋ ਸਾਰੀ ਇਹਨਾਂ ਦੀ ਕੰਪਾਈਲ ਕਰਕੇ ਜਿਹੜੀ ਹੈਗੀ ਹੈ ਫਾਈਨਲ ਰਿਪੋਰਟ ਜਿਹੜੀ ਹੈਗੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਸਰ ਕਿਹੜੀ ਕਿਹੜੀ ਟੀਮਾਂ ਸੀਗੀਆਂ ਅਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਚੱਲਿਆ ਸਰਚ? ਜਿਹੜਾ ਸਰਚ ਅਭਿਆਨ ਹੈ ਸਾਡਾ ਅਰਲੀ ਮਾਰਨਿੰਗ ਅਸੀਂ 6 ਵਜੇ ਤੋਂ ਸਟਾਰਟ ਕੀਤਾ। ਇਸ ਦੇ ਵਿੱਚ ਮੇਨ ਸਾਡੇ CIA ਦੀ ਟੀਮਸ ਹੈ, ਸਿਟੀ ਦੇ ਥਾਣਾ ਜਿਹੜੇ ਹੈਗੇ ਉਹਨਾਂ ਦੀ ਪੁਲਿਸ ਹੈ, ਅਤੇ ਦਿਹਾਤੀ ਬਠਿੰਡਾ ਦੇ ਜਿਹੜੇ ਹੈਗੇ ਆ ਸਾਡੇ ਥਾਣੇ ਜਿਹੜੇ ਹਨ ਉਹਨਾਂ ਵੱਲੋਂ ਟੀਮਾਂ ਬਣਾਈਆਂ। ਕੁਛ ਬਰਾਮਦ ਵੀ ਹੈ ਸਰ? ਡੈਫੀਨੇਟਲੀ ਸਾਡੇ ਵੱਲੋਂ ਕੁਛ ਬਰਾਮਦਗੀ ਕੀਤੀ ਗਈ ਹੈ, ਕੁਛ ਬੰਦਿਆਂ ਨੂੰ ਅਸੀਂ ਰਾਊਂਡਅਪ ਵੀ ਕੀਤਾ, ਕੁਛ ਵਹੀਕਲ ਵੀ ਅਸੀਂ ਕਨਫਿਸਕੇਟ ਕੀਤੇ ਆ। ਸੋ ਇਹਨੂੰ ਕੰਪਾਈਲ ਕਰਕੇ ਜਿਹੜੀ ਹੈਗੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ। ਕਿੰਨੇ ਮੁਲਾਜ਼ਮ ਤੈਨਾਤ ਕੀਤੇ ਗਏ ਸਰ? ਤਕਰੀਬਨ ਜਿਹੜੇ 150 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਨੇ, ਜਿਸ ਦੇ ਵਿੱਚ ਸਾਡੇ 2 DSP ਸਾਹਿਬਾਨ, 6 SHO ਇੰਚਾਰਜ ਸਾਹਿਬਾਨ ਜਿਹੜੇ ਹੈਗੇ ਨੇ ਉਹਨਾਂ ਟੀਮਾਂ ਦੀ ਅਗਵਾਈ ਕਰ ਰਹੇ ਆ।